ਸਾਹਿਬ ਸਿੰਘ ਅਤੇ ਮਾਝਾ ਸਾਹਿਬ ਸਮਿਤੀ ਦਾ ਮੈਂ ਖਾਸ ਮੈਂਬਰ ਹਾਂ। ਅੱਜ ਜੋ ਵੀ ਆਪਾਂ ਸੰਗਤ ਲੈ ਕੇ ਤੁਰੇ ਹਾਂ ਹਰਿਦੁਆਰ ਤੋਂ 150-200 ਟਰੈਕਟਰ ਲੈ ਕੇ ਤੁਰੇ ਹਾਂ, ਕਿਉਂਕਿ ਵੱਧਦੀ ਮਹਿੰਗਾਈ ਜੋ ਤੇਲ ਵਧਣ ਦਿਆ ਵਾ, ਡੀਜ਼ਲ ਪੈਟਰੋਲ ਸਭ ਕੁਝ, ਇਹ ਜੋ ਅੱਜ ਤਾਰ ਸੁਆਈ ਹੈ ਸੂਰਤ ਘਾਟ ਅਤੇ ਕਿਸਾਨ ਯੂਨੀਅਨ ਦਿੱਲੀ ਤੋਂ, ਅਸੀਂ ਉਹਦੇ ਤੌਰ 'ਤੇ ਅੱਜ ਮਹਿੰਗਾਈ ਦੇ ਰੋਸ ਪੱਤਰ ਕਰ ਰਹੇ ਹਾਂ। ਜਿੰਨਾ ਚਿਰ ਮੋਦੀ ਸਰਕਾਰ ਇਹ ਮਹਿੰਗਾਈ ਨੂੰ ਨਹੀਂ ਡਾਊਨ ਕਰਦੀ, ਉਨਾ ਚਿਰ ਇੱਦਾਂ ਹੀ ਰਹੂਗਾ। ਦੇਖੋ ਜੀ, ਸਾਡਾ ਹੋਰ ਨਹੀਂ ਕੁਝ ਸੋਚਣ ਦੇ, ਤੁਹਾਡੇ ਸਾਹਮਣੇ ਜਾਂ ਜੇ ਕੋਈ ਸੋਚਦਾ ਹੋਵੇ ਤਾਂ ਨਾ ਕਹੀ ਦਾ ਰੋਸ ਪ੍ਰਦਰਸ਼ਨ ਕਰਨਾ, ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਜੇ ਸ਼ਾਂਤੀਪੂਰਵਕ ਸਾਡੀ ਗੱਲ ਉੱਥੇ ਤੱਕ ਪਹੁੰਚੇ ਅਤੇ ਜਿਹੜੀ ਮਹਿੰਗਾਈ ਆ ਉਹਨੂੰ ਥੱਲੇ ਕੀਤਾ ਜਾਵੇ। ਬਿਲਕੁਲ ਜੀ, ਕਿਸਾਨਾਂ ਨੂੰ ਤੁਹਾਡੇ ਸਾਹਮਣੇ ਹਾਂ, ਕਿਉਂਕਿ ਕਿਸਾਨਾਂ ਦੇ ਉੱਤੇ ਜਿੰਨਾ ਬੋਝ ਕਿਸਾਨਾਂ 'ਤੇ ਪੈ ਰਿਹਾ, ਸਭ ਦੁਕਾਨਦਾਰਾਂ 'ਤੇ ਪੈ ਰਿਹਾ, ਗਰੀਬਾਂ 'ਤੇ ਪੈ ਰਿਹਾ ਵਾ, ਸਭ ਉਹਨਾਂ ਨੂੰ ਤੰਗ ਕਰਨ ਵਾਸਤੇ ਆ। ਮੇਰਾ ਦਲੀਪ ਸਿੰਘ ਲੰਬੜਦਾਰ, ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਮੇਨ ਸਪੋਕਸਮੈਨ ਹਾਂ ਜੀ ਮੈਂ। ਸਾਡੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਜੀ ਰਾਜੂ, ਅੱਜ ਅਸੀਂ ਇਹ ਜਿਹਾ ਪ੍ਰਦਰਸ਼ਨ ਹੈ, ਵਧਦੀ ਹੋਈ ਮਹਿੰਗਾਈ, ਵੱਧਦੇ ਹੋਏ ਰੇਟਾਂ ਤੇਲ ਦੇ ਰੇਟ, ਵੱਧਦੇ ਹੋਏ ਗੈਸ ਸਿਲੰਡਰਾਂ ਦੇ ਰੇਟ, ਪਰ ਅੱਤ ਦੀ ਵੱਧਦੀ ਹੋਈ ਮਹਿੰਗਾਈ ਕਰਕੇ ਰੋਸ ਪ੍ਰਦਰਸ਼ਨ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ। ਸਾਡੀ ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ 10-15 ਜਗ੍ਹਾ ਤੋਂ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਕਾਦੀਆਂ ਵਿੱਚ ਵੀ ਹੈ, ਬਾਕੀ ਜ਼ਿਲ੍ਹਿਆਂ 'ਚ ਵੱਖਰੇ ਜਗ੍ਹਾ ਕੀਤਾ ਜਾ ਰਿਹਾ ਜੀ। ਔਰ ਜਿਹੜੀ ਇਹ ਮੋਦੀ ਸਰਕਾਰ ਹੈ, ਦਿੱਲੀ ਦੇ ਵਿੱਚ ਸਾਡੇ ਜਿਹੜਾ ਜਥਾ ਟਿੱਕਿਆ ਹੋਇਆ, ਔਰ ਉਦੋਂ ਤੱਕ ਲੜਾਂਗੇ ਜਦੋਂ ਤੱਕ ਮੋਦੀ ਸਰਕਾਰ ਆਪਣੇ ਗੁੱਟਰੇ ਟੇਕ ਦਿੰਦੀ ਔਰ ਮਿੱਟੀ ਨਹੀਂ ਚੜ੍ਹਦੀ, ਔਰ ਜੇ ਕਾਨੂੰਨ ਕਾਲੇ ਕਾਨੂੰਨ ਜਿਹੜੇ ਵਾਪਸ ਨਹੀਂ ਲੈਂਦੀ, ਲਗਾਤਾਰ ਇੱਦਾਂ ਲੜਾਂਗੇ ਔਰ ਜਿੱਤ ਕਰਕੇ ਵਾਪਸ ਮੁੜਾਂਗੇ।